ਹਾਲੇ ਭਾਰਤ ਸਮੇਤ ਦੁਨੀਆ ਕੋਰੋਨਾ ਵਾਇਰਸ ਨਾਲ ਹੀ ਜੂਝ ਰਹੀ ਹੈ, ਪਰ ਚੀਨ ਵਿੱਚ ਇੱਕ ਨਵੇਂ ਵਾਇਰਸ ਨੇ ਦਸਤਕ ਦਿੱਤੀ ਹੈ। ਕੋਰੋਨਾ ਵਾਇਰਸ ਸੰਕਰਮਣ ਨਾਲ ਜੂਝ ਰਹੇ ਚੀਨ ਵਿੱਚ ਹੰਤਾ ਵਾਇਰਸ ਨਾਲ ਹੋਈ ਮੌਤ ਤੋਂ ਬਾਅਦ ਉੱਥੋਂ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ। ਪਹਿਲਾਂ ਤੋਂ ਹੀ ਕੋਰੋਨਾ ਨਾਲ ਚੀਨ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਦਰਮਿਆਨ ਹੰਤਾ ਵਾਇਰਸ ਨੇ ਉੱਥੋਂ ਦੇ ਯੂਨਾਨ ਪ੍ਰਾਂਤ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਇਸ ਦੇ ਮਹਾਮਾਰੀ ਬਣਨ ਦਾ ਡਰ ਸਤਾ ਰਿਹਾ ਹੈ। ਦਰਅਸਲ ਹੰਤਾ ਵਾਇਰਸ ਨਾਲ ਪੀੜਿਤ ਵਿਅਕਤੀ ਕੰਮ ਕਰਕੇ ਸ਼ਾਡੋਂਗ ਪ੍ਰਾਂਤ ਤੋਂ ਬੱਸ ਵਿੱਚ ਘਰ ਪਰਤ ਰਿਹਾ ਸੀ। ਉਸ ਨੂੰ ਹੰਤਾ ਵਾਇਰਸ ਪੋਜ਼ਿਟਿਵ ਪਾਇਆ ਗਿਆ। ਉਸ ਦੀ ਮੌਤ ਹੋਣ ਤੋਂ ਬਾਅਦ ਬੱਸ ਵਿੱਚ ਸਵਾਰ ਹੋਰ 32 ਲੋਕਾਂ ਦੀ ਵੀ ਮੈਡੀਕਲ ਜਾਂਚ ਕਰਵਾਈ ਗਈ ਹੈ। ਤਾਂ ਸਵਾਲ ਉੱਠਣ ਲੱਗੇ ਹਨ ਕਿ ਕੀ ਹੰਤਾ ਵਾਇਰਸ ਵੀ ਕੋਰੋਨਾ ਵਾਇਰਸ ਦੀ ਤਰ੍ਹਾਂ ਹੀ ਖਤਰਨਾਕ ਵਾਇਰਸ ਹੈ? ਕੀ ਇਹ ਵੀ ਵੱਡੇ ਪੱਧਰ 'ਤੇ ਫੈਲ ਸਕਦਾ ਹੈ? ਹੰਤਾ ਵਾਇਰਸ ਨਾਲ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਚੀਨ ਦੇ ਸਰਕਾਰੀ ਸਮਾਚਾਰ ਪੱਤਰ ਗਲੋਬਲ ਟਾਈਮਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਸੋਸ਼ਲ ਮੀਡੀਆ 'ਤੇ ਇਸ ਵਾਇਰਸ ਨੂੰ ਲੈ ਕੇ ਡਿਬੇਟ ਸ਼ੁਰੂ ਹੋ ਗਈ ਹੈ। ਟਵਿੱਟਰ 'ਤੇ ਲੋਕ ਵੱਡੀ ਸੰਖਿਆ 'ਚ ਇਸ ਖਬਰ ਨੂੰ ਟਵੀਟ ਕਰ ਖਦਸ਼ਾ ਜਤਾ ਰਹੇ ਹਨ ਕਿ ਵਾਇਰਸ ਵੀ ਕੀ ਕੋਰੋਨਾ ਦੀ ਤਰ੍ਹਾਂ ਹੀ ਦੁਨੀਆ ਭਰ ਵਿੱਚ ਨਾ ਫੈਲ ਜਾਵੇ। ਸੋਸ਼ਲ ਮੀਡੀਆ 'ਤੇ ਲੋਕਾਂ ਦਾ ਕਹਿਣਾ ਹੈ ਕਿ ਚੀਨ ਦੇ ਲੋਕਾਂ ਨੇ ਜੇਕਰ ਜਿੰਦਾ ਜਾਨਵਰਾਂ ਨੂੰ ਖਾਣਾ ਬੰਦ ਨਹੀਂ ਕੀਤਾ ਤਾਂ ਅਜਿਹੇ ਵਾਇਰਸ ਪੈਦਾ ਹੁੰਦੇ ਰਹਿਣਗੇ। ਕੋਈ ਕਹਿ ਰਿਹਾ ਹੈ ਕਿ ਵਾਇਰਸ ਚੂਹੇ ਖਾਣ ਨਾਲ ਫੈਲ ਰਿਹਾ ਹੈ ਤਾਂ ਕੋਈ ਇਸ ਨੂੰ ਚਮਗਿੱਦੜ ਜਾਂ ਸੱਪ ਖਾਣ ਨਾਲ ਜੋੜ ਰਿਹਾ ਹੈ। ਹਾਲਾਂਕਿ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਹੰਤਾ ਵਾਇਰਸ ਕੋਰੋਨਾ ਵਾਇਰਸ ਦੀ ਤਰ੍ਹਾਂ ਹੀ ਘਾਤਕ ਨਹੀਂ। ਇੱਕ ਅੰਗਰੇਜ਼ੀ ਵੈਬਸਾਈਟ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਹੰਤਾ ਵਾਇਰਸ ਹਵਾ ਦੇ ਰਸਤੇ ਨਹੀਂ ਫੈਲਦਾ, ਬਲਕਿ ਇਹ ਵਿਅਕਤੀ ਦੇ ਚੂਹੇ ਜਾਂ ਗਲਹਿਰੀ ਦੇ ਸੰਪਰਕ 'ਚ ਇਨਸਾਨ ਦੇ ਆਉਣ ਨਾਲ ਫੈਲਦਾ ਹੈ। ਹੰਤਾ ਵਾਇਰਸ ਚੂਹਿਆਂ ਤੋਂ ਹੁੰਦਾ ਹੈ। ਇਸ ਵਾਇਰਸ ਦੇ ਕਾਰਨ ਚੂਹਿਆਂ 'ਚ ਕੋਈ ਬਿਮਾਰੀ ਨਹੀਂ ਹੁੰਦੀ, ਪਰ ਇਸ ਵਾਇਰਸ ਦੇ ਕਾਰਨ ਇਨਸਾਨਾਂ ਦੀ ਮੌਤ ਹੋ ਜਾਂਦੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁਤਾਬਕ ਚੂਹਿਆਂ ਦੇ ਘਰ ਦੇ ਅੰਦਰ ਅਤੇ ਬਾਹਰ ਰੱਖਣ ਨਾਲ ਹੰਤਾ ਵਾਇਰਸ ਦੇ ਸੰਕਰਮਣ ਦਾ ਖਤਰਾ ਹੁੰਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੰਤਾ ਵਾਇਰਸ ਦਾ ਸੰਕਰਮਣ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਹੁੰਦਾ। ਅਜਿਹੇ ਵਿੱਚ ਇਸਦੇ ਫੈਲਣ ਦੀ ਸੰਭਾਵਨਾ ਕੁਝ ਹੱਦ ਤੱਕ ਘੱਟ ਹੋ ਜਾਂਦੀ ਹੈ, ਪਰ ਜੇਕਰ ਕੋਈ ਵਿਅਕਤੀ ਚੂਹਿਆਂ ਦੇ ਮਲ, ਪੇਸ਼ਾਬ ਜਾਂ ਥੁੱਕ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹਨਾਂ ਹੱਥਾਂ ਨਾਲ ਹੀ ਆਪਣਾ ਚਿਹਰਾ, ਅੱਖ, ਨੱਕ ਜਾਂ ਮੂੰਹ ਛੂੰਹਦਾ ਹੈ ਤਾਂ ਹੰਤਾ ਵਾਇਰਸ ਦੇ ਸੰਕਰਮਣ ਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਕੋਈ ਸਿਹਤਮੰਦ ਵਿਅਕਤੀ ਹੈ ਅਤੇ ਉਹ ਹੰਤਾ ਵਾਇਰਸ ਦੇ ਸੰਪਰਕ 'ਚ ਆਉਂਦਾ ਹੈ ਤਾਂ ਉਸਦੇ ਸੰਕਰਮਿਤ ਹੋਣ ਦਾ ਵੀ ਖਤਰਾ ਰਹਿੰਦਾ ਹੈ। ਇਸ ਦੇ ਲੱਛਣਾਂ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੈ ਕਿ ਹੰਤਾ ਵਾਇਰਸ ਨਾਲ ਪ੍ਰਭਾਵਿਤ ਹੋਣ 'ਤੇ ਵਿਅਕਤੀ ਨੂੰ ਬੁਖਾਰ, ਸਿਰ ਦਰਦ, ਬਦਨ ਦਰਦ, ਪੇਟ ਵਿੱਚ ਦਰਦ, ਉਲਟੀ, ਡਾਇਰੀਆ ਆਦਿ ਹੋ ਸਕਦਾ ਹੈ। ਇਹਨਾਂ ਲੱਛਣਾਂ ਦੇ ਇਲਾਜ ਵਿੱਚ ਦੇਰੀ ਹੋਣ ਦੀ ਸਥਿਤੀ ਵਿੱਚ ਇਹ ਹੋਰ ਫੈਲਦਾ ਹੈ ਅਤੇ ਫੇਫੜੇ 'ਚ ਪਾਣੀ ਵੀ ਭਰ ਸਕਦਾ ਹੈ ਅਤੇ ਵਿਅਕਤੀ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗਦੀ ਹੈ। ਚੀਨ ਵਿੱਚ ਵਿਅਕਤੀ ਦੀ ਮੌਤ ਵੀ ਕੁਝ ਅਜਿਹੇ ਹੀ ਲੱਛਣਾਂ ਤੋਂ ਬਾਅਦ ਹੋਈ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਮੁਤਾਬਕ ਹੰਤਾ ਵਾਇਰਸ ਵੀ ਜਾਨਲੇਵਾ ਹੈ। ਇਸ ਨਾਲ ਪ੍ਰਭਾਵਿਤ ਹੋ ਜਾਣ 'ਤੇ ਲੋਕਾਂ ਦੀ ਮੌਤ ਦਾ ਅੰਕੜਾ 38% ਹੈ। ਯਾਨੀ ਹੰਤਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ 100 ਲੋਕਾਂ 'ਚੋਂ 38 ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਰਿਪੋਰਟ ਦੇ ਮੁਤਾਬਕ ਇਹ ਵਾਇਰਸ ਹਾਲੇ ਤੱਕ ਸਿਰਫ ਚੀਨ ਅਤੇ ਅਰਜਨਟੀਨਾ ਵਿੱਚ ਹੀ ਪਾਇਆ ਗਿਆ ਹੈ। ਚੀਨ ਵਿੱਚ ਵੀ ਫਿਲਹਾਲ ਇਸ ਵਾਇਰਸ ਨਾਲ ਇਹ ਪਹਿਲੀ ਮੌਤ ਹੋਈ ਹੈ। ਚੀਨ 'ਚ ਜਿਸ ਸ਼ਖਸ ਦੀ ਮੌਤ ਹੋਈ ਉਸਨੂੰ ਲੋਕਾਂ ਨੇ ਪਹਿਲਾਂ ਕੋਰੋਨਾ ਤੋਂ ਪੀੜਿਤ ਸਮਝਿਆ ਸੀ। ਬਾਅਦ ਵਿੱਚ ਜਦੋਂ ਬਾਡੀ ਨੂੰ ਹਸਪਤਾਲ ਲਿਆਇਆ ਗਿਆ ਤਾਂ ਜਾਂਚ ਵਿੱਚ ਪਤਾ ਚੱਲਿਆ ਕਿ ਉਸ ਨੂੰ ਕੋਰੋਨਾ ਨਹੀਂ, ਹੰਤਾ ਵਾਇਰਸ ਸੀ। ਇਸ ਤੋਂ ਬਾਅਦ ਬੱਸ ਵਿੱਚ ਸਵਾਰ ਸਾਰੇ 32 ਯਾਤਰੀਆਂ ਦੀ ਜਾਂਚ ਕੀਤੀ ਗਈ। ਹਾਲਾਂਕਿ ਇਸ ਮਾਮਲੇ 'ਚ ਫਿਲਹਾਲ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ। CDC ਦੇ ਮੁਤਾਬਕ ਚੂਹਿਆਂ ਦੇ ਮਲ ਮੂਤਰ ਤੋਂ ਦੂਰ ਰਹੋ, ਇਸ ਵਾਇਰਸ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਲਿਹਾਜ਼ ਨਾਲ ਭਾਰਤ 'ਚ ਹਾਲੇ ਇਸ ਦਾ ਕੋਈ ਖਤਰਾ ਨਹੀਂ ਹੈ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਸ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।